ਰੋਡੇ ਕਾਲਜ, ਮੈਂ ਤਾਂ ਰੋਡੇ ਕਾਲਜ ਨੂੰ ਉਸ ਸਮੇਂ ਦਾ ਉਸ ਦੌਰ ਦਾ ਜਾਣਦਾ ਜਿਸ ਦੌਰ ਦਾ ਮੈਂ ਹੈਗਾ। ਸੋ ਉਸ ਕਾਲਜ 'ਤੇ ਉਸ ਦੌਰ 'ਤੇ ਫਿਲਮ ਬਣਨਾ ਸ਼ਾਇਦ ਕਦੇ ਬਹੁਤ ਸਾਰੇ ਲੋਕ ਮੇਕਰ ਸੋਚਦੇ ਹੋਣਗੇ ਵੀ ਯਾਰ ਉਸ ਦੌਰ 'ਤੇ ਉਸ ਰੋਡੇ ਕਾਲਜ 'ਤੇ ਫਿਲਮ ਬਣੇ, ਕਿਉਂਕਿ ਜਿਸ ਤੱਥ ਨੂੰ ਲੁਕੋਇਆ ਗਿਆ, ਛੁਪਾਇਆ ਗਿਆ, ਸੋ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਕਿ ਫਿਲਮ ਰਾਹੀਂ ਨਿਕਲ ਕੇ ਆਉਣਗੀਆਂ। ਬੜੀ ਖੂਬਸੂਰਤ ਫਿਲਮ ਡਿਜ਼ਾਇਨ ਕੀਤੀ ਆ ਰੋਡੇ ਕਾਲਜ, ਦੋ ਸਾਲ ਤੋਂ ਮੇਰੇ ਖਿਆਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਫਿਲਮ, ਲੇਕਿਨ ਅੱਜ ਫਾਈਨਲੀ ਜਾ ਕੇ ਰਿਜ਼ਲਟ ਆਇਆ। ਯੂਟਿਊਬ 'ਤੇ ਥੀਏਟਰੀਕਲ ਪ੍ਰੋਮੋ ਜਿਹੜਾ ਹੈਗਾ ਉਹ ਰਿਲੀਜ਼ ਹੋ ਚੁੱਕੀ ਹੈ। ਸੋ ਗੱਲਬਾਤ ਕਰਦੇ ਹਾਂ ਮੇਰੇ ਨਾਲ ਰਾਈਟਰ ਅਤੇ ਡਾਇਰੈਕਟਰ ਹੈਪੀ ਰੋਡੇ। ਹੈਪੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਨੇ? ਕਿਵੇਂ ਹੋ? ਪਹਿਲਾਂ ਤਾਂ ਕਿੰਨੇ ਕੁ ਐਕਸਾਈਟਡ ਹੋ ਅੱਜ? ਆਨੰਦ 'ਚ ਜੀ, ਆਨੰਦ 'ਚ। ਅੱਜ ਤਾਂ ਰੌਣਕਾਂ ਲੱਗੀਆਂ ਪਈਆਂ। ਹਾਂ ਬਿਲਕੁਲ ਜੀ, ਦੇਖੋ ਇੰਡਸਟਰੀ ਦੇ ਬਹੁਤ ਸਾਰੇ ਲੋਕ ਆਏ ਹੈ ਨਾ, ਤਾਂ ਜਿਨ੍ਹਾਂ ਦੀਆਂ ਅਸੀਂ ਫਿਲਮਾਂ ਦੇਖਦੇ ਸੀ ਉਹ ਲੋਕ ਆਏ, ਜਿਨ੍ਹਾਂ ਐਕਟਰਾਂ ਸਿੰਗਰਾਂ ਨੂੰ ਅਸੀਂ ਟੀਵੀ ਸਕਰੀਨਾਂ 'ਤੇ ਸੁਣਿਆ ਤਾਂ ਉਹ ਸਾਰੇ ਸਾਹਮਣੇ ਬੈਠੇ ਹੀ ਸਾਡੇ ਮਿਲ ਕੇ ਗਏ, ਤਾਂ ਸਾਡੇ ਵਾਸਤੇ ਖੁਸ਼ੀ ਵਾਲਾ ਦਿਨ ਜੀ। ਅਸੀਂ ਤੁਸੀਂ ਨਹੀਂ ਸਮਝਦੇ ਵੀ ਇਸ ਤਰ੍ਹਾਂ ਦਾ ਕਨਸੈਪਟ ਜਾ ਕੇ ਪੁੱਠਾ ਪੰਗਾ ਲੈ ਲਿਆ, ਕਹਿੰਦੇ ਪੁੱਠਾ ਪੰਗਾ ਲੈ ਲਿਆ ਹਾਲਣੇ ਬੋਕਦੇ ਸਿੰਘਾਂ ਨੂੰ ਹੱਥ ਲਾ ਕੇ, ਹੈ ਨਾ ਭਾਈ? ਜਦੋਂ ਮੇਕਰ ਕੋਈ ਫਿਲਮ ਬਣਾਉਂਦਾ ਨਾ ਪਹਿਲਾਂ ਰੋਮੈਂਟਿਕ ਤੋਂ ਸ਼ੁਰੂਆਤ ਕਰਦਾ ਜਾਂ ਮੰਨਦੇ ਹੋ ਨਾ ਗੱਲ? ਅਸਲ 'ਚ ਭਾਈ ਪਤਾ ਕੀ ਸੋਚ ਤੁਹਾਡੀ ਕਿਸ ਤਰੀਕੇ ਨਾਲ? ਅਸਲ 'ਚ ਮੈਨੂੰ ਲੱਗਦਾ ਜੀ ਜਿਹੜੀ ਫਿਲਮ ਹੁੰਦੀ ਹੈ ਨਾ ਕਿਸੇ ਮੇਕਰ ਦਾ ਮਨ ਹੁੰਦੀ ਹੈ, ਮਨ ਵੀ ਉਹਦੇ ਅੰਦਰ ਕੀ ਚੱਲਦਾ ਉਹਨੇ ਉਹੀ ਦਿਖਾਉਣਾ, ਉਹੀ ਸ਼ੂਟ ਕਰਨਾ। ਬਿਲਕੁਲ। ਤਾਂ ਇਹ ਅਸੀਂ ਖੁਦ ਇੱਦਾਂ ਦੀ ਜ਼ਿੰਦਗੀ ਜਿਉਂ ਕੇ ਆਏ ਹਾਂ, ਅਸੀਂ ਸਟੂਡੈਂਟ ਪੋਲੀਟਿਕਸ 'ਚ ਵੀ ਥੋੜ੍ਹਾ ਬਹੁਤ ਇਨਵੋਲਵ ਰਹੇ ਹਾਂ, ਤਾਂ ਅਸੀਂ ਗਰੁੱਪਬਾਜ਼ੀਆਂ 'ਚ ਵੀ ਰਹੇ ਹਾਂ, ਅਤੇ ਅਸੀਂ ਰਾਜਨੀਤੀ ਦੇ ਸ਼ਿਕਾਰ ਵੀ ਹੋਏ ਹਾਂ। ਹਾਂ ਬਿਲਕੁਲ। ਤਾਂ ਬਿਨਾਂ ਵਜ੍ਹਾ ਹੀ ਜਿਵੇਂ ਗੱਡੀਆਂ ਭਰ ਕੇ ਲੀਡਰਾਂ ਮਗਰ ਬੰਦੇ ਢੋਈ ਜਾ ਰਹੇ, ਉਹ ਮੈਂ ਵੀ ਕੀਤਾ ਉਹ ਦੌਰ 'ਚ, ਮੈਂ ਵੀ ਗੁਜ਼ਰਿਆ। ਧੜੇਬਾਜ਼ੀਆਂ, ਤਾਇਆਂ ਚਾਚਿਆਂ ਦੇ ਮੁੰਡੇ ਸਾਡੇ ਉੱਧਰ ਖੜੇ ਨੇ, ਦੂਜੀ ਪਾਰਟੀ 'ਚ ਇੱਧਰ ਖੜੇ ਹਾਂ, ਤਾਂ ਉਹਨਾਂ ਸਾਰਾ ਕੁਛ ਅਸੀਂ ਭੁਗਤ ਕੇ ਆਏ ਹਾਂ। ਤਾਂ ਫਿਰ ਉਹ ਮੈਨੂੰ ਲੱਗਦਾ ਸੀ ਵੀ ਆਪਦੀ ਜ਼ਿੰਦਗੀ ਜਿਹੜੀ ਤੁਸੀਂ, ਤੁਹਾਨੂੰ ਜੇ ਹੋਰ ਕਿਸੇ ਵਿਸ਼ੇ ਨੂੰ ਹੱਥ ਪਾਓਗੇ ਤੁਹਾਡਾ ਰਿਸਰਚ ਵਰਕ ਜ਼ਿਆਦਾ ਹੋਊਗਾ, ਜਿਹੜੀ ਜ਼ਿੰਦਗੀ ਤੁਸੀਂ ਜਿਉਂ ਕੇ ਆਏ ਹਾਂ ਤੁਸੀਂ ਉਹਦੇ 'ਤੇ ਬਿਹਤਰ ਗੱਲ ਕਰ ਸਕਦੇ ਹਾਂ, ਬਸ ਉਹ ਕਰਨ ਦੀ ਕੋਸ਼ਿਸ਼ ਕੀਤੀ ਜੀ। ਥੋੜ੍ਹਾ ਜਿਹਾ ਪੋਸਟਰ ਵੇਖਿਆ ਨਾ, ਇੱਟ ਚੱਕੀ ਖੜਾ ਸੀ ਬਸ ਤੋੜਨ ਵਾਸਤੇ, ਸਾਨੂੰ ਆਪਣਾ ਕਾਲਜ ਦੇ ਦਿਨ ਯਾਦ ਆ ਗਏ, ਨਹਿਰੂ ਕਾਲਜ ਵਾਲੇ। ਮੈਂ ਯਾਰ ਅਸੀਂ ਬੜੀਆਂ ਬੱਸਾਂ ਭੰਨੀਆਂ ਨੇ, ਉਹ ਕਿੱਦਾਂ ਹੁੰਦਾ? ਅਸਲ 'ਚ ਭਾਈ ਪਤਾ ਕੀ ਆ, ਇੱਕ ਨਾ ਜਿਨ੍ਹਾਂ ਨੇ ਉਹ ਦੌਰ ਨਹੀਂ ਦੇਖਿਆ ਉਹਨਾਂ ਨੂੰ ਐਂ ਲੱਗਦਾ ਵੀ ਪਤਾ ਨਹੀਂ ਯਾਰ ਬਦਮਾਸ਼ੀ ਸੀ, ਅਸਲ 'ਚ ਇੱਦਾਂ ਗੱਲ ਨਹੀਂ ਸੀ। ਨਹੀਂ ਨਹੀਂ, ਉਹ ਇੱਦਾਂ ਨਹੀਂ ਸੀ, ਇੱਦਾਂ ਨਹੀਂ ਸੀ। ਉਹ ਕੀ ਸੀ ਨਾ, 100 ਚੋਂ 2-4-5-10% ਲੜਾਈ ਝਗੜੇ ਹੁੰਦੇ ਸੀ, 90% ਤਾਂ ਡਰਾਈਵਰਾਂ ਕੰਡਕਟਰਾਂ ਨਾਲ, ਬੱਸਾਂ ਵਾਲਿਆਂ ਨਾਲ ਦੋਸਤੀ ਯਾਰਾਨੇ ਹੁੰਦੇ ਸੀ। ਬਿਲਕੁਲ। ਮੁੰਡੇ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਉਹਨਾਂ ਹੀ ਬੱਸਾਂ 'ਤੇ ਆਉਣਾ, ਉਹਨਾਂ 'ਤੇ ਜਾਣਾ। ਬਿਲਕੁਲ। ਹਨਾ, ਤਾਂ ਰੁਟੀਨ ਹੀ ਹੁੰਦਾ ਸੀ ਵੀ ਪੱਕੇ ਟਾਈਮ ਹੀ ਆ ਲੜਾਈਆਂ ਦਾ, ਬੱਸ ਪਾਸ ਹੀ ਸੀ। ਹਾਂ ਨਹੀਂ, ਲੜਾਈਆਂ ਨਹੀਂ, ਉਹ ਮਨੁੱਖੀ ਸੁਭਾਅ ਦੀਆਂ ਸੀ, ਕਈ ਤਾਂ ਡਰਾਈਵਰ ਕੰਡਕਟਰ ਥੋੜ੍ਹੇ ਅਗਰੈਸਿਵ ਹੁੰਦੇ ਸੀ ਲੜਾਈ ਵਾਲੇ ਸੁਭਾਅ ਦੇ, ਕਈ ਮੁੰਡੇ ਸਾਡੇ ਜਿਵੇਂ ਹੁਣ ਕਿਸੇ ਪ੍ਰਾਈਵੇਟ ਬੱਸ ਆ ਰਹੀ ਹੈ ਫਾਰ ਐਗਜ਼ਾਮਪਲ, ਉਹ ਭਰੀ ਹੋਈ ਆ ਪਹਿਲਾਂ ਹੀ, ਉਹਨੇ ਲਾਈਟਾਂ ਛੱਡਤੀਆਂ ਦੂਰੋਂ ਹੀ, ਪ੍ਰੈਸ਼ਰ ਆਉਣ 'ਤੇ ਹੱਥ ਰੱਖ ਲੈਣਾ ਉਹਨੇ ਵੀ ਨਹੀਂ ਯਾਰ ਰੁਕਣੀ ਨਹੀਂ। ਹੁਣ ਉਹ ਜਿਹੜਾ ਮੂਹਰੇ ਖੜਾ ਉਹ ਕਹਿੰਦਾ ਯਾਰ 4 ਕੁੜੀਆਂ ਵੇਖੀ ਜਾਂਦੀਆਂ ਬੈਠੀਆਂ, ਮੇਰੀ ਬੇਇੱਜ਼ਤੀ ਹੋ ਜੂ ਜਨਾ ਰੁਕੀ, ਉਹਨੇ ਅੱਟ ਚੱਕਣੀ ਵਿਚਾਲੇ ਹੋ ਜਾਣਾ, ਹਨਾ ਕਿਤੇ ਨਾ ਕਿਤੇ ਉਹਦੇ ਅੰਦਰ ਲਾਓ ਜਾਗ ਪੈਣਾ। ਤਾਂ ਵਜ੍ਹਾ ਇਹ ਬਣਦੀ ਸੀ, ਮਾਲਵੇ ਵਾਲੇ ਪੈਸੇ ਵੀ ਥੋੜ੍ਹੇ ਤੱਤੇ ਇਸ ਮਾਮਲੇ ਦੇ ਵਿੱਚ, ਉਹ ਫਿਰ ਉਹ ਚੀਜ਼ਾਂ ਤਾਂ ਜਦੋਂ ਸਾਡੇ ਸਮਾਜ ਤੋਂ ਵੈਸੀ ਜਿਹੜੀ ਨੈਗੇਟਿਵਿਟੀ ਆ ਜਾਂ ਕੋਈ ਇੱਦਾਂ ਦੀ ਗੱਲ ਆ ਉਹ ਫੈਲਦੀ ਵੱਧ, ਉਹ ਵੱਧ ਫੈਲਦੀ। ਬਿਲਕੁਲ ਬਿਲਕੁਲ। ਤਾਂ ਉਹਦੇ ਕਰਕੇ ਫਿਰ ਹੁਣ ਦੇਖੋ ਰੋਡੇ ਕਾਲਜ 'ਚੋਂ ਤਾਂ ਸ਼ਹਿਰੀ ਮਨ ਵੀ ਪੜਿਆ, ਰੋਡੇ ਕਾਲਜ 'ਚੋਂ
ਪੜ੍ਹ ਕੇ ਲੋਕੀ ਡਿਪਟੀ ਕਮਿਸ਼ਨਰ ਬਣੇ, ਐਸਐਸਪੀ ਹਾਇਰ ਅਥਾਰਟੀਜ਼ ਹੈਗੀ ਹੈ, ਔਰ ਨਵਤੇਜ ਭਾਰਤੀ ਹੁਣੀ ਸਾਡੇ ਸਾਰੇ ਅਹੁਦਿਆਂ ਦੇ ਨੇ ਹਨਾ, ਵੱਡੇ ਵੱਡੇ ਰਾਈਟਰ ਜੱਜ ਬਣੇ ਲੋਕ, ਤਾਂ ਕੋਈ ਐਸੀ ਗੱਲ ਨਹੀਂ ਹੈ। ਇੰਨਾ ਬਦਨਾਮ ਨਹੀਂ ਸੀ ਉਹ ਦੌਰ ਜਿੰਨਾ ਬਦਨਾਮ ਕੀਤਾ ਗਿਆ, ਅਧਿਆਪਕ ਬਹੁਤ ਅੱਛੇ ਨਾ ਚੱਲਦਾ ਸੀ, ਨਾ ਚੱਲਦਾ ਤਾਂ ਗੇਮਾਂ ਚ ਬਹੁਤ ਅੱਛੇ ਸੀ ਬਿਲਕੁਲ। ਰੋਡੇ ਕਾਲਜ ਅਸਲ ਜੋ ਜਾਣਿਆ ਜਾਂਦਾ ਨਾ, ਟੂਰਨਾਮੈਂਟ ਸਟੇਡੀਅਮ ਚ ਜਿਹੜਾ ਸਕੂਲ ਹੁੰਦਾ ਸੀ ਵੱਡਾ, ਸਾਡਾ ਵੱਡਾ ਸਕੂਲ ਬੋਲਦੇ, ਟੂਰਨਾਮੈਂਟ ਬੜਾ ਵੱਡਾ ਹੁੰਦਾ ਸੀ, ਬਹੁਤ ਵੱਡਾ ਟੂਰਨਾਮੈਂਟ ਹੁੰਦਾ ਸੀ। ਫਿਰ ਕਾਲਜ ਦੇ ਮੈਨੂੰ ਲੱਗਦਾ 2 ਸਾਲ ਦਾ ਅਸੀਂ ਲਗਾਤਾਰ ਕਬੱਡੀ ਜਿੱਤ ਕੇ ਲਿਆਏ ਆ, ਐਥਲੈਟਿਕ ਮੀਟ ਚ ਅਸੀਂ ਮੈਨੂੰ ਲੱਗਦਾ ਸੈਕਿੰਡ ਸੀ ਓਵਰਆਲ, ਤਾਂ ਕੋਈ ਐਸੀ ਗੱਲ ਨਹੀਂ ਸੀ। ਸਾਰੇ ਕਾਲਜਾਂ ਚ ਹੁੰਦਾ ਜੀ ਬਿਲਕੁਲ, ਪੰਜਾਬੀ ਮੁੰਡੇ ਤੱਤੇ ਨੇ ਥੋੜੇ ਜਿਹੇ, ਇਹਨਾਂ ਦਾ ਕਰਦੇ ਹੀ ਨੀ ਜੀ, ਜਦੋਂ ਸਕ੍ਰਿਪਟ ਮਨ ਦੇ ਵਿੱਚ ਹੁੰਦੀ ਹੈ ਫਿਰ ਕਾਗਜ਼ ਤੇ ਆਉਂਦੀ ਹੈ ਕਲਮ ਦੇ ਰਹੇ। ਕਿੰਨੀਆਂ ਕੁ ਪ੍ਰੋਬਲਮਸ ਆਈਆਂ ਵੀ ਆਹ ਲਾਈਨ ਐ ਨਾ ਹੋ ਜੇ, ਆਹ ਲਾਈਨ ਐ ਨਾ, ਨਹੀਂ ਨਹੀਂ ਇਹੋ ਨਹੀਂ ਜੀ, ਅਸੀਂ ਕੁਛ ਨਹੀਂ ਹੋਇਆ, ਅਸੀਂ ਉਹ ਸਫ਼ਰ ਨੂੰ ਇੰਜੋਏ ਕੀਤਾ। ਓਕੇ, ਤਾਂ ਮੇਰਾ ਐਸੋਸੀਏਟ ਨਾਲ ਸੀ, ਮੇਰੇ ਸਕਰੀਨ ਰਾਈਟਰ ਵੀ ਸੀ ਮੇਰਾ, ਉਹ ਫਿਲਮ ਮੇਕਿੰਗ ਦਾ ਜਵਾਕ ਸੀ ਉਹ, ਤਾਂ ਸਾਡੀਆਂ ਡਿਸਕਸ਼ਨ ਹੀ ਬਹੁਤ ਹੁੰਦੀਆਂ ਸੀ, ਸਾਡੇ ਫੋਨ ਬੰਦ ਹੁੰਦੇ ਸੀ ਸਵੇਰੇ 9-10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ, ਖੋਲ੍ਹਣਾ ਵੀ ਹੁਣ ਘਰੇ ਗੱਲ ਕਰ ਲਈਏ, ਤਾਂ 6.5 ਸਾਢੇ 6 ਹਫ਼ਤੇ 'ਚੋਂ 5 ਦਿਨ ਪੱਕੇ ਹੁੰਦੇ ਸੀ, ਬੈਠਣਾ ਹੀ ਬੈਠਣਾ। ਫਰਾਈਡੇ ਸ਼ਾਮ ਨੂੰ ਮੈਂ ਘਰ ਚਲਾ ਜਾਂਦਾ, ਸ਼ਨੀ ਐਤਵਾਰ ਕਰ, ਮੰਡੇ ਫਿਰ ਆ ਜਾਣਾ, ਤਾਂ ਇੱਕ ਇੰਜੋਏ ਵਾਲੀ ਜਰਨੀ ਸੀ, ਉਹਨੂੰ ਇੰਜੋਏ ਕੀਤਾ ਉਹ ਸਫ਼ਰ ਨੂੰ ਅਸੀਂ। ਜਦੋਂ ਫਾਈਨਲ ਸਾਹਮਣੇ ਆਈ ਸਕ੍ਰਿਪਟ ਵੀ ਹੁਣੇ ਬਿਲਕੁਲ ਤਿਆਰ ਹੈ, ਇਹ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਪੈਸੇ ਕੌਣ ਲਾ। ਹਾਂ, ਇਹ ਸਭ ਤੋਂ ਵੱਡਾ ਇਸ ਫਿਲਮ ਦਾ, ਕਿਉਂਕਿ ਆਪਾਂ ਤਾਂ ਮਿਡਲ ਕਲਾਸ ਲੋਕ ਆ, ਆਪਣੇ ਕੋਲ ਤਾਂ ਕਰੋੜਾਂ ਰੁਪਇਆ ਹੈ ਨਹੀਂ ਆਪਣੇ ਕੋਲ। ਸਾਰਿਆਂ ਤੋਂ ਸੋਹਣਾ ਸਵਾਲ ਹੈ ਤੁਹਾਡਾ, ਜਿਹੜੇ ਜਿੰਨੇ ਮੈਨੂੰ ਸਵਾਲ ਹੋਏ, ਕਿਉਂਕਿ ਇੱਕ ਨਵੇਂ ਡਾਇਰੈਕਟਰ ਤੇ ਇੰਨੇ ਵੱਡੇ ਬਜਟ ਦੀ ਫਿਲਮ ਦਾ ਪ੍ਰੋਡਿਊਸਰ ਕੋਈ ਰਿਸਕ ਨਹੀਂ ਮਿਲਦੇ, ਨਹੀਂ ਮਿਲਦਾ, ਤਾਂ ਮੈਂ ਉਹ ਖੁਸ਼ਕਿਸਮਤ ਬੰਦਾ ਸੀ ਵੀ ਜਿਹਦੇ ਕੋਲ 1 ਨਹੀਂ 3-4 ਪ੍ਰੋਡਿਊਸਰ ਖੜੇ ਹੋ ਗਏ ਸੀ। ਅੱਛਾ, ਹਾਂ, ਕਿਉਂਕਿ ਜਦੋਂ ਮੈਂ ਸਟੋਰੀ ਸੁਣਾਉਂਦਾ ਸੀ ਨਾ, ਤਾਂ ਉਹਨਾਂ ਨੂੰ ਉਹ ਸਟੋਰੀ ਸੁਣ ਕੇ ਹੱਸਦੇ ਸੀ, ਉਹਨਾਂ ਨੂੰ ਮਜ਼ਾ ਆਉਂਦਾ ਸੀ, ਉਹ ਰੋਂਦੇ ਸੀ, ਰਾਈਟਿੰਗ 'ਚ ਫਿਲਮ ਇੱਦਾਂ ਸੀ, ਤਾਂ ਉਹ ਫਿਰ ਮੈਂ ਇਹ ਚੁਣਨਾ ਸੀ ਵੀ ਯਾਰ ਇਹਨਾਂ 'ਚੋਂ ਰਾਈਟ ਪ੍ਰੋਡਿਊਸਰ ਜਿਹੜੇ ਐਂਡ ਤੱਕ ਮੇਰੇ ਨਾਲ ਚੱਲੇ, ਹਾਂ, ਜਿਹੜੇ ਨਹੀਂ ਜਿਹਨੂੰ ਕ੍ਰੀਏਟਿਵਲੀ ਸਮਝ ਹੋਵੇ, ਜੋ ਇੰਟਰਫੇਅਰ ਨਾ ਕਰੇ ਮੇਰੇ ਕੰਮ 'ਚ, ਮੇਰਾ ਸਾਥ ਦੇਵੇ, ਮੇਰੀ ਗੱਲ ਨੂੰ ਸਮਝੇ, ਤਾਂ ਉਹ ਬੈਸਟ ਚੁਆਇਸ ਮੈਨੂੰ ਲੱਗਦਾ ਸਾਡੇ ਪ੍ਰੋਡਿਊਸਰ ਆਸ਼ੂ ਹੋਣੀ, ਬਾਬੂ ਜੀ ਹੋਣੀ, ਬਾਦਸ਼ਾਹ ਹੋਣੀ, ਬੈਸਟ ਚੁਆਇਸ ਸੀ ਸਾਡੀ। ਫਿਲਮ ਬਣਦੀ ਗਈ, 125 ਕਲਾਕਾਰਾਂ ਨੂੰ ਸਾਹਮਣਾ ਵੀ ਸੌਖਾ, ਬੜਾ ਔਖਾ ਕੰਮ ਸੀ, ਟੱਬਰ ਵੱਡਾ ਹੈ। ਹਾਂ, ਹੁਣ ਲੱਗਦਾ ਪਤਾ ਕਿ ਬਈ ਉਦੋਂ ਨਹੀਂ ਲੱਗਿਆ, ਉਦੋਂ ਨਹੀਂ ਲੱਗਿਆ, ਹੁਣ ਜੋ ਪਿੱਛੇ ਮੁੜ ਕੇ ਝਾਕਦੇ ਆ ਨਾ ਯਾਰ, ਤੁਸੀਂ ਹਾਈਵੇ ਬਲੋਕ ਕਰੀ ਬੈਠੇ ਹੋ, ਲੋਕ ਗਾਲਾਂ ਕੱਢ ਰਹੇ ਨੇ ਵਿੱਚ, ਪੁਲਿਸ ਵਾਲਿਆਂ ਨੂੰ ਵਗਾਰ ਪਾ ਵੀ ਯਾਰ ਤੁਸੀਂ ਨਾਕੇ ਲਵਾਓ ਸਾਡੇ ਨਾਲ, ਸ਼ੂਟਿੰਗ ਵੀ ਰੱਖਿਆ ਆਪਣੇ ਪਿੰਡਾਂ ਵਾਲੀ ਕੀਤੀ, ਲਾਈਵ ਲੋਕੇਸ਼ਨ, ਐਵੇਂ ਕਹਿੰਦੇ ਹੋਣਗੇ ਹੈਪੀ ਹੋਏ ਉਹ ਕੀ ਕਰੀ ਜਾਂਦਾ ਹੋਏ, ਨਹੀਂ ਨਹੀਂ ਪਹਿਲਾਂ ਨਾ ਕਿਤੇ ਲੱਗਦਾ ਹੁੰਦਾ ਸੀ ਉਹਨਾਂ ਨੂੰ, ਜਦੋਂ ਪ੍ਰੈਕਟੀਕਲੀ ਕੰਮ ਹੁੰਦਾ ਦੇਖਿਆ, ਫਿਰ ਮੈਨੂੰ ਯਾਦ ਆ ਸਾਡੇ ਪਿੰਡੋਂ ਸਾਡੇ ਘਰਾਂ 'ਚ ਮੁੰਡਾ ਗੁਰਸਿੱਖ ਆ, ਉਹ ਮੇਰੇ ਕੋਲੇ ਆਇਆ 5-7 ਵਜੇ, ਮੈਨੂੰ ਕਹਿੰਦਾ ਯਾਰ ਬਾਈ ਯਾਰ ਇਹ ਤਾਂ ਕੰਮ ਬੜਾ ਪਰ ਪਕਾਰ ਵਾਲਾ, ਮੈਂ ਕੀ ਹੋ ਗਿਆ, ਯਾਰ ਕਿੰਨੇ ਲੋਕ ਰੋਟੀ ਪਾਏ ਤੁਸੀਂ, ਕਹਿੰਦਾ ਯਾਰ ਤੁਹਾਡੀ ਟੀਮ ਕਿੱਡੀ ਆ, ਕਹਿੰਦਾ ਲਾਈਟਾਂ ਦੇ ਟਰੱਕ ਯੇ ਉਹ, ਕਹਿੰਦਾ ਮਿੰਟ ਲਾਉਂਦੇ ਆ ਉੱਧਰ ਲਾਤੀਆਂ ਉੱਧਰ ਲਾਤੀਆਂ, ਕਹਿੰਦਾ ਯਾਰ ਤਕੜੇ ਆ ਤੁਸੀਂ, ਸਾਨੂੰ ਤਾਂ ਲੱਗਦਾ, ਕਹਿੰਦਾ ਸਾਡੀ ਵਾਹੀ ਖੇਤੀ ਥੋੜੀ ਜਿਹੀ ਔਖੀ ਆ, ਨਹੀਂ ਨਹੀਂ ਇਹ ਵਾਹੀ ਖੇਤੀ ਔਖੀ ਹੈ, ਹਾਂ ਕਹਿੰਦਾ ਵਾਹੀ ਖੇਤੀ ਔਖੀ ਆ, ਕਹਿੰਦਾ ਯਾਰ ਤੁਸੀਂ ਤਾਂ ਦਿਨ ਰਾਤ ਲੱਗੇ ਪਏ, ਕਹਿੰਦਾ ਯਾਰ ਤੁਹਾਡਾ ਕੰਮ ਔਖਾ, ਮੈਂ ਕਿਹਾ ਨਹੀਂ ਵੀਰੇ ਸਾਨੂੰ ਇਹ 'ਚ ਸਵਾਦ ਆ ਰਿਹਾ ਜੀ, ਕਹਿੰਦਾ ਵੀ ਸਾਨੂੰ ਸ਼ੌਂਕ ਆ ਸਾਡਾ ਲੱਗੇ ਹੋਏ ਆ। ਫਿਲਮ ਕਿਤੇ ਨਾ ਕਿਤੇ ਫਸੀ ਵੀ ਨਹੀਂ, ਵਾਹਿਗੁਰੂ ਦੀ ਕਿਰਪਾ ਰਹੀ ਜੀ, ਚੱਲਦਾ ਰਿਹਾ ਕੰਮ, ਮੈਂ ਕਿਹਾ ਜੀ 1 ਘੰਟੇ ਦਾ ਕੰਮ ਨਹੀਂ ਰੁਕਿਆ ਸਾਡਾ ਕਿਤੇ ਜੀ। ਜਦੋਂ ਫਿਲਮ ਦੀ ਡਿਊਰੇਸ਼ਨ ਦੀ ਗੱਲ ਆਉਂਦੀ ਹੈ, ਮੋਸਟਲੀ ਕੀ ਹੁੰਦਾ ਜਿੰਨੇ ਵੀ ਮੇਕਰ ਹੁੰਦੇ ਨੇ ਉਹ ਸੋਚਦੇ ਨੇ ਵੀ 1 ਘੰਟਾ 45 ਮਿੰਟ 50 ਮਿੰਟ 'ਚ ਫਿਲਮ ਨਿਬੇੜ ਦੀ ਹੈ ਆਪਾਂ, ਕਿਉਂਕਿ ਪੈਸਾ ਆਲਰੇਡੀ ਪਹਿਲਾਂ ਬਹੁਤ ਲੱਗ ਚੁੱਕਿਆ ਹੁੰਦਾ,
ਫਿਰ ਉਹ ਤੁਹਾਡੀ 2 ਘੰਟੇ ਤੋਂ ਮੇਰੇ ਖਿਆਲ 'ਚ ਅਭਾਵ 2 ਘੰਟੇ 47 ਮਿੰਟ 47 ਮਿੰਟ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੌਣੇ 3 ਘੰਟੇ ਥੀਏਟਰ 'ਚ ਬਿਠਾਉਣਾ ਬਿਲਕੁਲ ਸਮਝਦੇ ਹੋ ਕਾਮਯਾਬੀ ਮਿਲੂਗੀ ਦੇਖੋ ਜੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਇਹ ਇੱਕ ਚੈਲੇਂਜ ਸੀ ਪਰ ਜਦੋਂ ਤੁਸੀਂ ਫਿਲਮ ਦੇਖ ਕੇ ਨਿਕਲੋਗੇ ਤੁਹਾਨੂੰ ਐਂ ਲੱਗਾ ਮੈਂ 1.5 ਘੰਟੇ ਫਿਲਮ ਦੇਖੀ ਆ ਓਕੇ ਮਤਲਬ ਵੇਟ ਕਰਾਂਗੇ ਵੀ ਯਾਰ ਫਿਲਮ ਨਿਕਲਦੀ ਆ ਅੱਗੇ ਹੋਣੀ ਚਾਹੀਦੀ ਨਿਕਲਦੀ ਆ ਅੱਗੇ ਦੀ ਅੱਗੇ ਨਵੀਆਂ ਨਵੀਆਂ ਪਰਤਾਂ ਖੁੱਲਦੀਆਂ ਜਾਂਦੀਆਂ ਇੰਟਰਟੇਨਿੰਗ ਆ ਦੇਖੋ ਜਿਹੜੀਆਂ ਵੱਡੀਆਂ ਫਿਲਮਾਂ ਨੇ ਵੱਡੀਆਂ ਕਹਾਣੀਆਂ ਵਾਲੀਆਂ ਉਹ ਸਾਰੀਆਂ 3 ਘੰਟੇ ਦੀਆਂ ਨੇ ਐਨੀਮਲ ਦੇਖੋ ਹਾਂ ਹਾਂ ਬਿਲਕੁਲ ਪੁਸ਼ਪਾ ਦੇਖੋ ਬਿਲਕੁਲ ਕੁਛ ਐਸਾ ਨਹੀਂ ਗਾ ਦੇਖੋ ਬਾਈ ਇਹ ਧਾਰਨਾਵਾਂ ਬਣੀਆਂ ਨੇ ਹਾਂ ਵੀ ਫਿਲਮ ਪੌਣੇ 2 ਘੰਟੇ ਦੀ ਚਾਹੀਦੀ ਛੋਲੇ ਗੱਡੀ ਸੀ ਹਾਂ ਦੀ ਬਰਨਿੰਗ ਟ੍ਰੇਨ ਬਹੁਤ ਐਗਜ਼ਾਮਪਲ ਆ ਬਹੁਤ ਸੰਗਮ ਵਰਗੀਆਂ ਨੇ 4-4 ਘੰਟੇ ਦੀ ਫਿਲਮ ਤਾਂ ਐਸੀ ਗੱਲ ਨਹੀਂ ਹੈ ਫਿਲਮ ਚੰਗੀ ਹੋਣੀ ਚਾਹੀਦੀ ਹੈ ਲੋਕਾਂ ਨੂੰ ਸਵਾਦ ਆਉਣਾ ਚਾਹੀਦਾ ਵੈਬ ਸੀਰੀ ਵੇਖਦੇ ਆ ਸਾਨੂੰ ਵੈਬ ਸੀਰੀ ਇੰਨੀ ਪਸੰਦ ਆ ਜਾਂਦੀ 8 ਘੰਟੇ ਬੈਠੇ ਰਹੇ ਨੇ ਜਦੋਂ ਆ ਮਿਲਦਾ ਮਨੀ ਹਿਸ ਦੇਖੀ ਆ ਲੋਕਾਂ ਨੇ ਇੱਕ ਜਿਹੜਾ ਆਪਣਾ ਉਹਦਾ ਸੀਗਾ ਚੈਪਟਰ ਇੱਕ ਵਾਰ ਜੀ ਦੇਖਤਾ ਤਾਂ ਐਸਾ ਕੁਝ ਨਹੀਂ ਹੈ ਬਾਕੀ ਧਾਰਨਾਵਾਂ ਤੋੜਨ ਵਾਸਤੇ ਬਣਾਈਆਂ ਜਾਂਦੀਆਂ ਜੀ ਹਨਾ ਐਂ ਤਾਂ ਨਹੀਂ ਲੱਗਿਆ ਤੁਹਾਨੂੰ ਵੀ ਜਿਵੇਂ ਨਵੇਂ ਕਲਾਕਾਰਾਂ ਨਾਲ ਗੇਮ ਖੇਡੀਏ ਮਨ ਚ ਹੋਵੇ ਵੀ ਯਾਰ ਜੇ ਹੋਰ ਬਜਟ ਹੁੰਦਾ ਆਪਾਂ ਹੋਰ ਵੱਡੀ ਸਟਾਰ ਕਾਸਟ ਲੈ ਸਕਦੇ ਨਹੀਂ ਬਾਈ ਕਿ ਤੁਹਾਡੇ ਫਿਰ ਮੈਂ ਤਾਂ ਫਿਲਮ ਨਹੀਂ ਬਣਨੀ ਸੀ ਫਿਲਮ ਨਹੀਂ ਸੀ ਬਣਨੀ ਉਹਦੀ ਵਜ੍ਹਾ ਪਤਾ ਤੁਹਾਡਾ ਕਨਸੈਪਟ ਕਲੀਅਰ ਸੀਗਾ ਵੀ ਮੇਰੀ ਇਹ ਸਟੋਰੀ ਦਾ ਆਹ ਕਿਰਦਾਰ ਨੇ ਅਸਲ 'ਚ ਨਾ ਜਿਹੜੇ ਨਾਮੀ ਕਲਾਕਾਰ ਨੂੰ ਬਣਨ ਵਾਸਤੇ ਨਾ ਉਮਰ ਲੱਗ ਜਾਂਦੀ ਹੈ ਜੀ ਤਾਂ ਉਹ 35-40 ਸਾਲ ਦੀ ਉਮਰ 'ਚ ਜਾ ਕੇ ਮੈਚੋਰ ਐਕਟਰ ਬਣਦੇ ਜ਼ਿਆਦਾਤਰ ਜਿਹੜੇ ਨਾਮੀ ਨੇ ਦੇਵ ਬਾਈ ਵੀ ਬਹੁਤ ਸਟਰਗਲ ਆ ਬਾਈ ਪ੍ਰਿੰਸੇ ਬਾਈ ਦੀ ਕਿੱਡੀ ਸਟਰਗਲ ਬਿਲਕੁਲ ਤਾਂ ਮੈਨੂੰ ਚਾਹੀਦੇ ਸੀ ਜਿਹੜੇ ਪਰਦੇ ਤੇ ਬਾਈ 24 ਸਾਲ ਦੇ ਲੱਗਣ ਨੇਚਰਲ ਵੀ ਲੱਗਣ ਤਾਂ ਮੈਨੂੰ ਨਵੇਂ ਲੈਣੇ ਪੈਣੇ ਰਫ ਐਂਡ ਟਫ ਵੀ ਲੱਗਣ ਕਾਲਜ ਦੇ ਸਟੂਡੈਂਟ ਵੀ ਲੈਣੇ ਪੈਣੇ ਹਾਂ ਹਾਂ ਓਵਰਹਾਲ ਕਿਵੇਂ ਰਿਹਾ ਕੰਮ ਕਰਕੇ ਸਾਰਾ ਦਿਨ ਬੜਾ ਸੁਣਦਾ ਤਜਰਬਾ ਜੀ ਵਧੀਆ ਰਿਹਾ ਬੜਾ ਸੁਣਦਾ ਜਰਨੀ ਹੁਣ ਤਿਆਰ ਜ਼ਿਆਦਾ ਆਉਂਦੀ ਹੈ ਮੈਂ ਕਿਹਾ ਜੀ ਬਹੁਤ ਅੱਛਾ ਤਜਰਬਾ ਔਰ ਅਸੀਂ ਪਹਿਲੇ ਦਿਨ ਵੀ ਸਾਡੇ ਚਿਹਰਿਆਂ ਤੇ ਆਨੰਦ ਸੀ ਅੱਜ ਵੀ ਆਨੰਦ ਜੁੱਤੀਆਂ ਮੁੱਕਦੀਆਂ ਫਿਰ ਕਿਵੇਂ ਲੱਗਦਾ ਹਾਂ ਨਹੀਂ ਨਹੀਂ ਅਸੀਂ ਅੱਜ ਵੀ ਇਕੱਠੇ ਹੁੰਦੇ ਰਹਿੰਦੇ ਹਾਂ ਸਾਰੇ ਜਾਣੇ ਹਨ ਤਾਂ ਪ੍ਰੋਮੋਸ਼ਨ ਸਾਡੇ ਲੰਬੀਆਂ ਚੱਲ ਰਹੀਆਂ ਨੇ ਲੰਬੀਆਂ ਮੰਨ ਜੀ ਅਸੀਂ ਮੈਨੂੰ ਲੱਗਦਾ ਮਾਰਚ ਦੇ ਪਹਿਲੇ ਹਫ਼ਤੇ ਪਹਿਲਾ ਗਾਣਾ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਚਲੇ ਗਏ ਤੇ ਵੱਡਾ ਕਰਾਊਡ ਮਿਲ ਗਿਆ ਉੱਥੇ ਰਿਲੀਜ਼ ਕਰਕੇ ਆਏ ਹਾਂ ਬਿਲਕੁਲ ਫਿਰ ਇੱਧਰ ਇੱਕ ਐਮਐਚ ਬੰਦਾ ਸੀਗਾ ਅਸੀਂ ਦੂਜਾ ਗਾਣਾ ਉੱਥੇ ਰਿਲੀਜ਼ ਕਰੇ ਆਏ ਤਾਂ ਅਸੀਂ ਹਰ 10-15 ਦਿਨ ਇੱਕ ਦਾ ਫੰਕਸ਼ਨ ਕਰ ਰਹੇ ਨੇ ਨਾਲੇ ਵੈਸੇ ਵੀ ਮਾਲਵੇ ਵਾਲੇ ਰਾਹ ਬਣਾ ਲੈਂਦੇ ਨੇ ਹਾਂ ਠੀਕ ਹੈ ਨਾ ਆਪਾਂ ਟਿੱਬੇ ਵਾਲੇ ਲੋਕ ਹਾਂ ਬਿਲਕੁਲ ਠੀਕ ਹੈ ਨਾ ਜੋ ਟਿੱਬੇ ਟਾ ਕੇ ਆਪਾਂ ਪੱਧਰੇ ਕਰ ਸਕਦੇ ਇਹ ਕਿਹੜੇ ਕੰਮ ਹੈ ਜੀ ਇਹ ਕਿਹੜੇ ਕੰਮ ਇਹ ਕਿਹੜੇ ਖੇਤੀ ਹੋਣੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਸੋ ਰੋਡੇ ਕਾਲਜ ਮੈਂ ਕਹਿੰਦਾ ਜ਼ਰੂਰ ਦੇਖਣ ਜਾਇਓ ਫਿਲਮ ਸੋ ਤੁਸੀਂ ਨਾ ਮੈਂ ਹਮੇਸ਼ਾ ਗੱਲ ਕਹਿਣਾ ਉਹਨਾਂ ਗੱਲ ਮੈਂ ਰਿਪੀਟ ਕਰ ਰਿਹਾ ਮਾੜਾ ਸਿਨੇਮਾ ਤੁਸੀਂ ਹਮੇਸ਼ਾ ਵੇਖਦੇ ਹੋ ਨਾ ਅਜੀਬੋ ਗਰੀਬ ਜਿਹੀਆਂ ਫਿਲਮਾਂ ਅੱਜ ਕੱਲ੍ਹ ਆ ਰਹੀਆਂ ਨੇ ਮੈਦਾਨ ਦੇ ਵਿੱਚ ਤੁਸੀਂ ਵੇਖੀ ਜਾਂਦੇ ਹੋ ਚਸਕੇ ਲਈ ਜਾਂਦੇ ਹੋ ਪਰ ਉਸ ਤਰ੍ਹਾਂ ਦੇ ਸਿਨੇਮੇ ਨੂੰ ਜ਼ਰੂਰ ਦੇਖਿਆ ਕਰੋ ਪ੍ਰਮੋਟ ਕਰਿਆ ਕਰੋ ਜਿਹੜਾ ਤੁਹਾਨੂੰ ਕੁਛ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੋ ਰੋਡੇ ਕਾਲਜ ਇੱਕ ਬਹੁਤ ਖੂਬਸੂਰਤ ਫਿਲਮ ਡਿਜ਼ਾਈਨ ਹੋਈ ਹੈ ਤੁਸੀਂ ਸਿਨੇਮਾ ਘਰਾਂ ਵਿੱਚ ਜਾ ਕੇ ਦੇਖਿਓ ਯੂਟਿਊਬ 'ਤੇ ਟ੍ਰੇਲਰ ਫਿਲਮ ਦਾ ਲਾਂਚ ਹੋ ਚੁੱਕਿਆ ਹੈ ਪਸੰਦ ਆਉਂਦਾ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਕੀ ਕਹਿਣਾ ਚਾਹੁੰਦੇ ਸਾਡੀ ਆਡੀਅੰਸ ਦੇਖੋ ਜੀ ਅਖੀਰ 'ਤੇ ਮੈਂ ਇੱਕੋ ਬੇਨਤੀ ਕਰੂੰਗਾ ਵੀ ਇਸ ਫਿਲਮ 'ਚ ਨਾ 2 ਦਰਜਨ ਤੋਂ ਉੱਪਰ ਮੁੰਡੇ ਕੁੜੀਆਂ ਪਹਿਲੀ ਵਾਰੀ ਲਾਂਚ ਹੋਏ ਆ ਤਾਂ ਅਸੀਂ ਸਾਰੇ ਉਹ ਜਿੱਦੀ ਜਵਾਕ ਆ ਜਿਹੜੇ ਕਹਿੰਦੇ ਇੱਥੇ ਪੰਜਾਬ 'ਚ ਰਹਿ ਕੇ ਕੁਛ ਨਾ ਕੁਛ ਕਰਨਾ ਇੱਥੇ ਕਰਨਾ ਜੋ ਕਰਨਾ ਤੇ ਯਾਰ ਮੈਂ ਤੁਹਾਡੀ ਆਡੀਅੰਸ ਮੈਨੂੰ ਓਵਰਸੀਜ਼ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਯਾਰ ਸਾਰੇ ਅਸੀਂ ਬਾਹਰੇ ਮੁਲਕਾਂ ਨਹੀਂ ਆ ਸਕਦੇ ਨਾ ਉਹਨਾਂ ਮੁਲਕਾਂ ਨੇ ਸਾਨੂੰ ਚੱਲਣਾ ਸਾਰਿਆਂ ਨੂੰ ਬਿਲਕੁਲ ਇੱਥੇ ਰਾਹ ਬਣਾਉਣੇ ਪੈਣਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਰਾਹ ਬਣਾਉਣ ਦੀ ਤਾਂ ਇਹ ਫਿਲਮ ਸਫਲ ਹੋਵੇ ਤਾਂ ਇਹਦੇ ਮਗਰੋਂ ਸਾਡੇ ਵਰਗਾ ਕੋਈ ਹੋਰ ਮੇਕਰ ਹੌਸਲਾ ਕਰੇ
ਚੈਪਟਰ 2 ਵੀ ਆਉਗਾ, ਹੌਸਲਾ ਉਹ ਵੀ ਆਉਗੀ, ਚਿੰਤਾ ਨਾ ਕਰੋ। ਪ੍ਰੋਡਿਊਸਰ ਹੌਸਲਾ ਕਰਨਾ ਨਾ ਤਾਂ ਨਵੇਂ ਹੋਰ ਮੁੰਡੇ ਕੁੜੀਆਂ ਇਹਨਾਂ ਨੂੰ ਵੀ ਲੈਣ, ਹੋਰਾਂ ਨੂੰ ਵੀ ਲੈਣ ਜੀ, ਤਾਂ ਬਹੁਤ ਸਾਰੇ ਰਾਹ ਖੁੱਲਣ। ਬਸ ਇਹੀ ਬੇਨਤੀ ਹੈ ਵੀ ਸਾਥ ਦਿਓ ਡਟ ਕੇ ਸਾਡਾ। ਬਿਲਕੁਲ ਜੀ, ਮਾਲਵੇ ਦੇ ਕੱਕੇ ਰੇਤਿਆਂ ਦੇ ਵਿੱਚ ਹਮੇਸ਼ਾ ਬਹੁਤ ਵਿਦਵਾਨ ਜਿਹੜੇ ਹੈਗੇ ਨੇ ਉਹ ਪੈਦਾ ਹੋਏ ਨੇ ਔਰ ਪੈਦਾ ਹੋ ਵੀ ਰਹੇ ਨੇ। ਤੁਸੀਂ ਇਹਨਾਂ ਦਾ ਸਾਥ ਦਿਆ ਕਰੋ। ਮਾਲਵੇ ਦੀ ਧਰਤੀ ਨੂੰ ਵੈਸੇ ਹੀ ਆਉਣਾ, ਕਿਉਂਕਿ ਜਦੋਂ ਵੀ ਮਾਲਵੇ ਦੀ ਧਰਤੀ ਨੇ ਕੋਈ ਚੀਜ਼ ਬਖਸ਼ੀ ਹੈ ਉਹ ਹਮੇਸ਼ਾ ਹੀ ਚੰਗੀ ਬਖਸ਼ੀ ਹੈ, ਮਾੜੀ ਕਦੇ ਬਖਸ਼ੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੈਪੀ, ਗੱਲਬਾਤ ਕਰਨ ਲਈ। ਥੈਂਕ ਯੂ, ਛੋਟੀ ਜਿਹੀ ਗੱਲਬਾਤ ਹੋਈ ਹੈ ਸੁਭਾਵਿਕ ਜੀ, ਦਰਸ਼ਕ ਆਪਣੀ ਗੱਲ ਪਸੰਦ ਵੀ ਕਰਨਗੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਸਾਰਾ ਥੈਂਕ ਯੂ।